ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਗੁਰੂ ਸਵਾਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਬੁੱਤਰ ਫਤਿਹ ਬਲੰਦ ਕਰੀ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਮੁੱਚੇ ਭਾਰਤ ਦੇ ਵਿੱਚ ਹੋ ਰੇ ਮਨੁੱਖੀ ਅਧਿਕਾਰਾਂ ਦੇ ਕਾਣ ਦੀ ਗੱਲ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਦੇ ਵਿੱਚ ਸਾਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਦਾ ਅਕਸ ਜ਼ਰੂਰ ਉੱਭਰਦਾ ਹੈ ਔਰ ਖਾਸ ਕਰਕੇ ਉਦੋਂ ਜਦੋਂ ਅਸੀਂ ਗੁਰਤੇਗ ਬਹਾਦਰ ਸਾਹਿਬ ਦੇ ਪ੍ਰਗਟ ਦਿਹਾੜੇ ਦਾ 400 ਸਾਲਾ ਮਨਾ ਰਹੇ ਹਾਂ ਜਿਹੜੀ ਮੈਂ ਕਹਿ ਸਕਦਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਐਸੀ ਬਲੱਖਣ ਘਟਨਾ ਹੈ ਜਦੋਂ ਕਿਸੇ ਕੌਮ ਦੇ ਰਹਿਬਰ ਨਹੀਂ ਕਿਸੇ ਹੋਰ ਕੌਮ ਦੇ ਧਾਰਮਿਕ ਸੰਸਕਾਰਾਂ ਧਾਰਮਿਕ ਜਿੰਨਾ ਅਤੇ ਉਹਨਾਂ ਦੇ ਧਰਮ ਦੀ ਰੱਖਿਆ ਦੀ ਖਾਤਰ ਸ਼ਹਾਦਤ ਦਾ ਜਾਮ ਪੀਤਾ ਹੋਵੇ ਇਸੇ ਕਰਕੇ ਹੀ ਕਵੀ ਸੈਨਾਪਤ ਨੂੰ ਆਪਣੀ ਰਚਨਾ ਦੇ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਦੇ ਬਾਰੇ ਇਹ ਗੱਲ ਕਹਿਣੀ ਪਈ ਕਿ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸਿਸ਼ਟ ਪੇ ਟਾਪੀ ਚਾਦਰ ਪਰ ਅੱਜ ਜਦੋਂ ਅਸੀਂ ਭਾਰਤ ਦੇ ਹਾਲਾਤ ਵੇਖਦੇ ਹਾਂ ਤਾਂ ਇਸ ਤਰ੍ਹਾਂ ਹੈ ਕਿ ਜਿਹੜੇ ਵਰਤਮਾਨ ਚ ਵਰਤ ਰਹੇ ਵਰਤਾਰੇ ਨੇ ਜਿਸ ਤਰ੍ਹਾਂ ਨਾਗਾ ਲੈਂਡ ਦੇ ਵਿੱਚ ਪੈਰਾ ਫੋਰਸਸ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਨਿਹੱਥੇ ਲੋਕਾਂ ਦਾ ਬੇਗੁਨਾਹ ਲੋਕਾਂ ਦਾ ਕਤਲ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਵਰਤਮਾਨ ਚ ਵਰਤ ਰਹੇ ਵਰਤਾਰੇ ਸਾਨੂੰ ਪੰਜਾਬ ਦੇ ਅਤੀਤ ਵੱਲ ਜ਼ਰੂਰ ਲੈ ਕੇ ਜਾਂਦੇ ਨੇ ਕਿ ਪੰਜਾਬ ਦੇ ਕਿਸ ਤਰ੍ਹਾਂ ਦੇ ਨਾਲ ਇਹ ਸੰਤਾਪ ਹੰਡਾਇਆ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਨੌਜਵਾਨ ਅਣਪਛਾਤੇ ਕਹਿ ਕੇ ਕੋਹ ਕੋ ਕੇ ਖਤਮ ਕਰ ਦਿੱਤੇ ਗਏ ਤੇ ਪੁਲਿਸ ਵੱਲੋਂ ਵੱਧ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਜਿਸ ਤਰ੍ਹਾਂ ਦੇ ਨਾਲ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਖਤਮ ਕੀਤਾ ਲਵਾਰਸ ਲਾਸ਼ਾਂ ਦੇ ਰੂਪ ਦੇ ਵਿੱਚ ਬਦਲਿਆ ਔਰ ਇੱਥੋਂ ਤੱਕ ਕਿ ਪਰਿਵਾਰਾਂ ਨੂੰ ਵੀ ਅਜੇ ਤੱਕ ਕੋਈ ਇਨਸਾਫ ਨਾ ਮਿਲਿਆ ਕੇਸ ਅਦਾਲਤਾਂ ਵਿੱਚ ਚੱਲਦੇ ਰਹੇ ਪਰ ਇੰਨਾ ਜ਼ਰੂਰ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਜਦੋਂ ਸਜ਼ਾ ਮਿਲਦੀ ਹੈ ਚਾਹੇ ਕਦੀ ਸਮੇਤ ਸੈਣੀ ਵਰਗੇ ਜਿਹੜੇ ਨੇ ਉਹ ਰੂਪੋਸ਼ ਹੁੰਦੇ ਨੇ ਤੈਸ ਤੋਂ ਸਾਬਤ ਕੀ ਹੁੰਦਾ ਹੈ ਇਸ ਤੋਂ ਸਾਬਤ ਤਾਂ ਇਹ ਹੁੰਦਾ ਹੈ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਵੱਡੇ ਪੱਧਰ ਤੇ ਹੋਇਆ ਇਹ ਕਰ ਵੱਖਰੀ ਹੈ ਕਿ ਕਾਨੂੰਨ ਉਹਨਾਂ ਨੂੰ ਕਿੰਨੀ ਸਜ਼ਾ ਦਿੰਦਾ ਹੈ ਜਾਂ ਉਹ ਕਾਨੂੰਨ ਦੀ ਗ੍ਰਿਫਤ ਤੋਂ ਕਿਵੇਂ ਬਚਦੇ ਨੇ ਉਹਦੇ ਵਾਸਤੇ ਸ਼ਾਇਦ ਉਹਨਾਂ ਕੋਲ ਬਹੁਤ ਰਾਹ ਹੋਣਗੇ ਪਰ ਕਿਤੇ ਨਾ ਕਿਤੇ ਇਸ ਗੱਲ ਦੇ ਉੱਪਰ ਮੋਹਰ ਤਾਂ ਲੱਗ ਜਾਂਦੀ ਹੈ ਨਾ ਕਿ ਜਿਹੜੀ ਗੱਲ ਕਦੀ ਸਰਦਾਰ ਜਸਵੰਤ ਸਿੰਘ ਖਾਲੜਾ ਹੋਣਾ ਨੇ ਚੁੱਕੀ ਸੀ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਹਜ਼ਾਰਾਂ ਨੌਜਵਾਨ ਬੇਗੁਨਾਹ ਕਹਿ ਕੇ ਖਤਮ ਕਰ ਦਿੱਤੇ ਗਏ ਤੇ ਉਹਨਾਂ ਦੀਆਂ ਲਾਸ਼ ਲਵਾਰਸ ਕਹਿ ਕੇ ਫੂਕ ਦਿੱਤੀਆਂ ਗਈਆਂ ਜਾਂ ਫਿਰ ਪਾਣੀ ਦੇ ਵਿੱਚ ਵਹਾ ਦਿੱਤੀਆਂ ਗਈਆਂ ਪਰ ਹੁਣ ਅਕਸਰ ਜਦੋਂ ਸੋਸ਼ਲ ਮੀਡੀਆ ਦੇ ਰਾਈ ਅਸੀਂ ਵੇਖਦੇ ਹਾਂ ਕਿ ਕਿਸੇ ਪੁਲਿਸ ਅਫਸਰ ਦਾ ਪੇਸ਼ੀ ਦੇ ਦੌਰਾਨ ਪਿਸ਼ਾਬ ਨਿਕਲਦਾ ਹੈ ਕੋਈ تسلیم ਕਰਦਾ ਹੈ ਕਿ ਮੇਰੇ ਕੋਲ ਕਤਲਿਆਂ ਵੱਡੇ ਅਫਸਰਾਂ ਨੇ ਕਰਵਾਇਆ ਕੋਈ ਭਗੌੜਾ ਹੋ ਜਾਂਦਾ ਹੈ ਕੋਈ ਹਵਾਲਾਤ ਦੇ ਵਿੱਚ ਗਾਸ਼ ਖਾ ਕੇ ਡਿੱਗ ਜਾਂਦਾ ਹੈ ਤੇ ਅਨੇਕਾਂ ਵਿਰੋਧ ਕੇਸ ਨੇ ਤੇ ਜਿਸ ਤੋਂ ਪਤਾ ਲੱਗਦਾ ਹੈ ਕਿ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਤਰ ਦੇ ਉੱਪਰ ਘਾਣ ਹੋਇਆ ਔਰ ਇਸੇ ਤਰ੍ਹਾਂ ਹੁਣ ਨਾਗੇਲੈਂਡ ਵਿੱਚ ਹੋ ਰਿਹਾ ਹੈ ਜਿਸ ਤਰ੍ਹਾਂ ਨਾਗਾਲੈਂਡ ਦੇ ਜ਼ਿਲ੍ਹਾ ਮੌਨ ਦੇ ਇੱਕ ਪਿੰਡ ਦੇ ਲੋਕ ਕੋਲੇ ਦੀਆਂ ਖਾਣਾ ਦੇ ਵਿੱਚੋਂ ਮਜ਼ਦੂਰੀ ਕਰਕੇ ਇੱਕ ਪਿਕਅਪ ਟਰੱਕ ਦੇ ਵਿੱਚ ਕੰਮ ਤੋਂ ਵਾਪਸ ਆ ਰਹੇ ਸੀ ਪਰ ਉੱਥੇ ਜਿਹੜੀ 21 ਪਟਾਲੀਅਨ ਸੀ ਪੈਰਾ ਮਿਲਟਰੀ ਫੋਰਸ ਦੀ ਉਹਨੇ ਕੋਈ ਸ਼ਨਾਖਤ ਨਹੀਂ ਕੀਤੀ ਉਹਨਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਉਹਨਾਂ ਦੀ ਕੋਈ ਆਈਡੈਂਟੀਫਿਕੇਸ਼ਨ ਚੈੱਕ ਨਹੀਂ ਕੀਤੀ ਪੁੱਛਿਆ ਨਹੀਂਗਾ ਕੌਣ ਹੋ ਕਿੱਥੋਂ ਆ ਰਹੇ ਹੋ ਬਸ ਜਿਹੜਾ ਉਹਨਾਂ ਨੂੰ ਕਹਿ ਸਕਦੇ ਆ ਕਿ ਜਿਹੜੇ ਸਪੈਸ਼ਲ ਫੋਰਸ ਨੂੰ ਅਧਿਕਾਰ ਦਿੱਤੇ ਗਏ ਨੇ ਉਹਦੇ ਅਧੀਨ ਉਹਨਾਂ ਨੇ ਬਿਨਾ ਕਿਸੇ ਵਾਰਨਿੰਗ ਦੇ ਉਹਨਾਂ ਦੇ ਉੱਪਰ ਜਿਹੜੀ ਸੀ ਉਹ ਗੋਲੀ ਚਲਾ ਦਿੱਤੀ ਬੇਸ਼ੱਕ ਕਿ ਜਿਹੜੀ ਇਸ ਤਰ੍ਹਾਂ ਦੀਆਂ ਗੜਬੜ ਵਾਲੇ ਇਲਾਕੇ ਜਿਹੜੇ ਸਰਕਾਰ ਦੇ ਵੱਲੋਂ ਐਲਾਨ ਦਿੱਤੇ ਜਾਂਦੇ ਨੇ ਤੇ ਜਦੋਂ ਉਹਨਾਂ ਦੇ ਵਿੱਚ ਜਿਹੜੀਆਂ ਐਵੇਂ ਦੀਆਂ ਪੈਰਾ ਮਿਲਟਰੀ ਫੋਰਸਿਸ ਨੇ ਜਦੋਂ ਇਹਨਾਂ ਨੂੰ ਸਪੈਸ਼ਲ ਜਿਹੜੇ ਰਾਈਟਸ ਦਿੱਤੇ ਜਾਂਦੇ ਨੇ ਤਾਂ ਉਹਦੇ ਵਿੱਚ ਇਹ ਜ਼ਰੂਰ ਹੁੰਦਾ ਹੈ ਕਿ ਉਹ ਮੌਕੇ ਦੇ ਉੱਪਰ ਗੋਲੀ ਚਲਾ ਸਕਦੇ ਨੇ ਪਰ ਉਹਦੇ ਵਾਸਤੇ ਇਹ ਜ਼ਰੂਰੀ ਹੁੰਦਾ ਹੈ ਕਿ ਜਿਸ ਦੇ ਉੱਪਰ ਗੋਲੀ ਚਲਾਈ ਜਾ ਰਹੀ ਹੈ ਕੀ ਉਹ ਕਿਸੇ ਹਥਿਆਰਬੰਦ ਰੂਪ ਦੇ ਵਿੱਚ ਹਮਲਾਵਰ ਹੋ ਕੇ ਆ ਰਿਹਾ ਹੈ ਹੁਣ ਉਸੇ ਸਟੇਟ ਦੇ ਨਾਗਾ لینڈ ਦੇ ਭਾਬ ਡੀਜੀਪੀ ਤੇ ਉਸ ਜ਼ਿਲ੍ਹੇ ਦੇ ਕਮਿਸ਼ਨਰ ਨੇ ਚਸ਼ਮਦੀਤ ਗਵਾਹਾਂ ਦੇ ਅਨੁਸਾਰ ਜਿਹੜੀ ਰਿਪੋਰਟ ਤਿਆਰ ਕੀਤੀ ਹੈ ਉਹਦੇ ਮੁਤਾਬਕ 4 ਦਸੰਬਰ ਨੂੰ ਸ਼ਾਮ 4:10 ਤੇ 8 ਲੋਕ ਤੀਰੂ ਪਿੰਡਾਂ ਜਿੱਥੇ ਕੋਲ ਮਾਈਨਸ ਨੇ ਕੋਲੇ ਦੀਆਂ ਖਾਣਾ ਨੇ ਉੱਥੋਂ ਕੰਮ ਕਰਕੇ ਇਹ 8 ਲੋਕ ਪਿਕਅਪ ਟਰੱਕ ਦੇ ਵਿੱਚ ਆ ਰਹੇ ਸੀ ਤੇ ਉਸ ਸਮੇਂ ਜਿਹੜੀਆਂ ਇਹ ਪੈਰਾਮਿਲਟਰੀ ਫੋਰਸਿਸ ਸੀ ਇਹਨਾਂ ਵੱਲੋਂ ਇੱਕਦਮ ਹਮਲਾ ਕਰ ਦਿੱਤਾ ਗਿਆ ਔਰ ਇਥੋਂ ਤੱਕ ਕਿ ਜੇਕਰ ਤੁਸੀਂ ਵੱਖ-ਵੱਖ ਅਖਬਾਰਾਂ ਦੇ ਵਿੱਚ ਆਏ ਬਿਆਨਾਂ ਨੂੰ ਪੜੋ ਤਾਂ ਇਹ ਵੀ ਪਤਾ ਲੱਗਾ ਕਿ ਸੁਰੱਖਿਆ ਬਲਾਂ ਦੇ ਵੱਲੋਂ ਇਹ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਸੀ ਉਹਨਾਂ ਨੇ ਉਹਨਾਂ ਲਾਸ਼ਾਂ ਨੂੰ ਵੀ ਕੱਪੜਿਆਂ ਦੇ ਵਿੱਚ ਲਪੇਟ ਕੇ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਜਿਸ ਦੇ ਤੋਂ ਸਿੱਧਾ ਅਸੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਵਰਤਾਰਿਆਂ 'ਚ ਵਾਪਰ ਚੁੱਕੇ ਹਾਂ ਕਿ ਘਰ ਦੇ ਵਿੱਚੋਂ ਬੱਚੇ ਨੂੰ ਚੁੱਕਿਆ ਜਾਂਦਾ ਸੀ ਉਸ ਤੋਂ ਬਾਅਦ ਉਸ ਨੂੰ ਠੁੱਠੇ ਮੁਕਾਬਲੇ 'ਚ ਖਤਮ ਕਰ ਦਿੱਤਾ ਜਾਂਦਾ ਸੀ ਤੇ ਉਸ ਦੇ ਕੋਲ ਕਲੈਸ਼ນິກੋਵ ਰਾਈਫਲ ਰੱਖ ਦਿੱਤੀ ਜਾਂਦੀ ਸੀ ਬਿਲਕੁਲ ਸ਼ਾਇਦ ਇਸੇ ਕਰਕੇ ਇੰਨਾ ਹੀ 6 ਨਿਰਦੋਸ਼ ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਅਸੀਂ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਕਿ ਜਾਂ ਤੇ ਮੁਕਾਬਲਾ ਬਣਾ ਦਿੱਤਾ ਜਾਵੇਗਾ ਤੇ ਜਾਂ ਫਿਰ ਉਹਨਾਂ ਲੋਕਾਂ ਦੇ ਕੋਲ ਹਥਿਆਰ ਵਿਖਾ ਕੇ ਉਹਨਾਂ ਨੂੰ ਹਮਲਾਵਰ ਜਿਹੜਾ ਉਹ ਬਣਾ ਦਿੱਤਾ ਜਾਵੇਗਾ ਖੈਰ ਲੋਕਾਂ ਨੇ ਲਾਸ਼ਾਂ ਕਬਜ਼ੇ ਦੇ ਵਿੱਚ ਲੈਣ ਲਈ ਜद्दोजहद ਕੀਤੀ ਸੁਰੱਖਿਆ ਬਲਾਂ ਨੇ ਫਿਰ ਗੋਲੀਬਾਰੀ ਕਰ ਦਿੱਤੀ ਔਰ ਇਸ ਦੇ ਵਿੱਚ ਫਿਰ ਕੁਝ ਮੌਤਾਂ ਹੋ ਗਈਆਂ ਪਹਿਲਾਂ ਤਾਂ ਖਬਰਾਂ ਇਹ ਆਈਆਂ ਕਿ 17 ਲੋਕਾਂ ਦੀ ਮੌਤ ਹੋਈ ਹੈ ਅਖੀਰ ਦੇ ਵਿੱਚ ਪਹਿਲੇ 6 ਲੋਕ ਜਿਹੜੇ ਬਿਲਕੁਲ ਸੁਰੱਖਿਆ ਫੋਰਸਾਂ ਦੇ ਵੱਲੋਂ ਬਿਨਾਂ ਕਿਸੇ ਸ਼ਨਾਖਤ ਕੀਤਿਆਂ ਹੀ ਬਿਨਾਂ ਕਿਸੇ ਪੜਕਾਹਟ ਦੇ ਗੋਲੀਬਾਰੀ ਕਰਕੇ ਮ ਕਹਿ ਸਕਦੇ ਹੋ ਕਿ ਜਿਹੜੇ ਸੀਗੇ ਉਹ ਮਾਰ ਦਿੱਤੇ ਗਏ ਉਹ 6 ਸੀ ਉਸ ਤੋਂ ਬਾਅਦ ਫਿਰ ਗੋਲਾਬਾਰੀ ਹੋਈ ਇਹਦੇ ਵਿੱਚ 7 ਲੋਕਾਂ ਦੀ ਹੋਰ ਮੌਤ ਹੋ ਗਈ ਔਰ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਪੈਰਾਬਿਲਟਰੀ ਫੋਰਸ ਦਾ ਜਵਾਨ ਜਿਹੜਾ ਉਹ ਵੀ ਮਾਰਿਆ ਗਿਆ ਇਸ ਕਰਕੇ 13 ਆਮ ਲੋਕ ਤੇ ਇੱਕ ਜਿਹੜਾ ਜਵਾਨ ਸੀ ਉਸ ਦੀ ਮੌਤ ਹੋ ਗਈ ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਲੋਕਾਂ ਨੇ ਜਦੋਂ ਲਾਸ਼ਾਂ ਕਬਜ਼ੇ ਵਿੱਚ ਲੈਣ ਲਈ ਜਦੋਂ ਆਜਾਇਤ ਕੀਤੀ ਤੇ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਉੱਪਰ ਗੋਲਾਬਾਰੀ ਵੀ ਕੀਤੀ ਇਸ ਦਾ ਮਤਲਬ ਇਹ ਹੈ ਕਿ ਇੱਕ ਤਾਂ નિર્ਦੋਸ਼ ਕਹਿ ਕੇ ਖਤਮ ਕਰ ਦਿੱਤੇ ਗਏ ਬੇਸ਼ੱਕ ਕਿ ਗ੍ਰਹਿ ਮੰਤਰਾਲੇ ਨੇ ਵੀ 19 ਦਿਨ ਖੇਧੀ ਕੀਤੀ ਹੈ ਜਾਂਚ ਦੀਆਂ ਗੱਲਾਂ ਚੱਲ ਰਹੀਆਂ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਫਐਸਪਾ ਆਰਮਡ ਫੋਰਸਸ ਸਪੈਸ਼ਲ ਜਿਹੜੇ ਪਾਵਰਸ ਐਕਟ ਉਹਦੇ ਅਧੀਨ ਉਹਨਾਂ ਨੂੰ ਜਿਹੜੀਆਂ ਪੈਰਾਮਿਲਟਰੀ ਫੋਰਸਸ ਨੇ ਇਹਨਾਂ ਨੂੰ ਤਾਕਤਾਂ ਹੀ ਇੰਨੀਆਂ ਜ਼ਿਆਦਾ ਦੇ ਦਿੱਤੀਆਂ ਗਈਆਂ ਨੇ ਕਿ ਇਹ ਆਪਣੀ ਮਰਜ਼ੀ ਦੇ ਨਾਲ ਇਹ ਸਭ ਕੁਝ ਕਰਦੇ ਨੇ ਔਰ ਜਿਹੜੀ ਉੱਥੋਂ ਦੀ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾ لینڈ ਹੈ ਐਨ ਐਸ ਸੀ ਐਨ ਉਹਦੀ ਪਹਿਲਾਂ ਹੀ ਸਰਕਾਰ ਦੇ ਨਾਲ ਇੱਕ ਧੜੇ ਦੀ ਜਿਹੜੀ ਆ ਉਹ ਵਾਰਤਾਲਾਪ ਚੱਲ ਰਹੀ ਹੈ ਬਿਲਕੁਲ ਜਿੰਨਾ ਜਿਸ ਇਲਾਕੇ ਦੇ ਵਿੱਚ ਇਹ ਕਤਲੇਆਮ ਹੋਇਆ ਉੱਥੇ ਜਿਹੜੀ ਐਨ ਐਸ ਸੀ ਐਨ ਦਾ ਜਿਹੜਾ ਯੂੰਗਾਂਗ ਧੜਾ ਹੈ ਉਹਦੀ ਉੱਥੇ ਕਹਿ ਸਕਦੇ ਹੋ ਕਾਫੀ ਸਰਗਰਮੀ ਸੀ ਪਰ ਇਹਨਾਂ ਦਾ ਇੱਕ ਧੜਾ ਜਿਹੜਾ ਉਹ ਸਰਕਾਰ ਦੇ ਨਾਲ ਕੋਈ ਵਾਰਤਾਲਾਪ ਦੇ ਵਿੱਚ ਪਹਿਲਾਂ ਹੀ ਜਿਹੜਾ ਉਹ ਸ਼ਮੂਲੀਅਤ ਕਰ ਚੁੱਕਾ ਹੈ ਔਰ ਉਹਦੇ ਵਿੱਚ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਹੋ ਰਹੀ ਹੈ ਬਿਲਕੁਲ ਪੰਜਾਬ ਵਰਗਾ ਰਲਦਾ ਮਿਲਦਾ ਜਾ ਮਸਲਾ ਹੈ ਤੇ ਮਨੀਪੁਰ ਦੇ ਕੁਝ ਹਿੱਸੇ ਜਿਹੜੇ ਨੇ ਉਹ ਨਾਗਾ لینڈ ਵਿੱਚ ਸ਼ਾਮਲ ਦੀ ਗੱਲ ਕੀਤੀ ਜਾ ਰਹੀ ਹੈ ਵੱਖਰੇ ਝੰਡੇ ਦੀ ਜਾਂ ਸੰਵਿਧਾਨ ਦੇ ਵਿੱਚ ਉਹਨਾਂ ਦੀ ਕਹਿ ਸਕਦੇ ਹੋ ਕਿ ਜਿਹੜੀਆਂ ਉਹਨਾਂ ਨੂੰ ਜਿਹੜੇ ਹੱਕ ਨਹੀਂ ਮਿਲੇ ਉਹਨਾਂ ਨੂੰ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਉਸ ਸਵਾਸਤੇ ਸੰਘਰਸ਼ ਕਰ ਰਹੀਆਂ ਜਿਹੜੀਆਂ ਨਾਗਾ لینڈ ਦੀਆਂ ਜਥੇਬੰਦੀਆਂ ਨੇ ਉਹ ਵੀ ਇਹ ਕਹਿ ਰਹੀਆਂ ਨੇ ਕਿ ਕੇਂਦਰੀ ਸੱਤਾ ਦੇ ਕੋਲ ਤਾਕਤ ਦਾ ਕੇਂਦਰੀਕਰਨ ਜਿਹੜਾ ਉਹ ਹੁੰਦਾ ਜਾ ਰਿਹਾ ਹੈ ਤੇ ਰਾਜਾਂ ਨੂੰ ਬਸਤੀਵਾਦ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਪੰਜਾਬ ਦੇ ਲੋਕ ਜਿਹੜੇ ਨੇ ਉਹ ਵੱਧ ਅਧਿਕਾਰਾਂ ਦੀ ਮੰਗ ਕਰਦੇ ਨੇ ਜਾਂ ਫਿਰ ਚੰਡੀਗੜ੍ਹ ਜਾਂ ਹੋਰ ਜਿਹੜੇ ਆਪਣੇ ਇਲਾਕੇ ਨਹੀਂ ਉਹਨਾਂ ਦੀ ਮੰਗ ਕਰਦੇ ਨੇ ਬਿਲਕੁਲ ਜੇਕਰ ਉਹਨਾਂ ਦੇ ਸੰਘਰਸ਼ ਦੀ ਧਰਾਤਲ ਜਾਂ ਸੱਤਾ ਵੇਖੋ ਤਾਂ ਬਿਲਕੁਲ ਪੰਜਾਬ ਦੇ ਨਾਲ ਰਲਦੀ ਮਿਲਦੀ ਹੈ ਤੇ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਉਸੇ ਤਰ੍ਹਾਂ ਦਾ ਘਾਣ ਜਿਹੜਾ ਉੱਥੇ ਹੋ ਰਿਹਾ ਸੋ ਜਿਹੜੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਸੰਸਥਾਵਾਂ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਇਸ ਤੇ ਖਿਲਾਫ ਆਵਾਜ਼ ਉਠਾਉਣ ਕਿ ਕਿਤੇ ਵੀ ਕੋਈ ਵਿਅਕਤੀ ਜੇਕਰ ਸੰਵਿਧਾਨਿਕ ਦਾਰੇ ਦੇ ਵਿੱਚ ਰਹਿ ਕੇ ਆਪਣੇ ਅਧਿਕਾਰਾਂ ਦੇ ਵਾਸਤੇ ਸੰਘਰਸ਼ ਕਰ ਰਿਹਾ ਹੈ ਤਾਂ ਉਹ ਜ਼ਰੂਰੀ ਨਹੀਂ ਹੈ ਕਿ ਉਸ ਨੂੰ ਇਸੇ ਤਰੀਕੇ ਦੇ ਨਾਲ ਬਿਨਾਂ ਕਿਸੇ شناخت ਦੇ ਉਸ ਨੂੰ ਸੁਰੱਖਿਆ ਬਲਾਂ ਦੇ ਵੱਲੋਂ ਖਤਮ ਕਰ ਦਿੱਤਾ ਜਾਵੇ ਸੰਵਿਧਾਨਿਕ ਧਾਰੇ ਦੇ ਵਿੱਚ ਰਹਿ ਕੇ ਆਪਣੇ ਅਧਿਕਾਰਾਂ ਦੇ ਵਾਸਤੇ ਸੰਘਰਸ਼ ਕਰ ਰਿਹਾ ਹੈ ਤਾਂ ਉਹ ਜ਼ਰੂਰੀ ਨਹੀਂ ਹੈ ਕਿ ਉਸ ਨੂੰ ਇਸੇ ਤਰੀਕੇ ਦੇ ਨਾਲ ਬਿਨਾਂ ਕਿਸੇ شناخت ਦੇ ਉਸ ਨੂੰ ਸੁਰੱਖਿਆ ਬਲਾਂ ਦੇ ਵੱਲੋਂ ਖਤਮ ਕਰ ਦਿੱਤਾ ਜਾਵੇ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਪੱਤੇ ਦੀ ਸੰ ਸਤਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ